ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਦੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਸ਼ੁਰੂ ਕਰਨ ਲੱਗੇ ਹਾਂ ਇੱਕ ਨਵਾਂ ਸਫ਼ਰ ਅਤੇ ਜੁੜੇ ਰਹੋ ਇਸ ਸਫ਼ਰ ਦੇ ਨਾਲ। ਲਗਭਗ 15-20 ਦਿਨ ਲਾ ਕੇ ਆਉਂਦੇ ਗੇੜਾ ਅਤੇ ਲਗਾਤਾਰ ਵੀਡੀਓਜ਼ ਪਾਵਾਂਗੇ। ਨਾਲ ਜੁੜੇ ਰਹੋ, ਬਣੇ ਰਹੋ, ਆ ਜਾਓ ਚੱਲੀਏ। ਸੋ ਘੁੰਮਦੇ ਘੁੰਮਾਉਂਦੇ ਮੁਕਤਸਰ ਤੋਂ ਚੱਲ ਕੇ ਆਪਾਂ ਪਹੁੰਚ ਗਏ ਹੈਗੇ ਹਾਂ ਜੀ ਅਬਲੂ। ਅਬਲੂ ਪਿੰਡ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਹੈ। ਲੱਖੀ ਜੰਗਲ, ਅਬਲੂ ਅਤੇ ਖਿਦਰਾਣੇ ਢਾਬ ਇਹ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਆਉਂਦੇ ਆ। ਇੱਥੋਂ ਆਪਾਂ ਚੱਕਣਾ ਹੈਗਾ ਇੱਕ ਆਪਣੇ ਸਾਥੀ ਨੂੰ ਭਗਵੰਤ ਬਾਵੇ ਨੂੰ। ਸੋ ਉਹ ਕਹਿੰਦਾ ਸੀ ਮੈਨੂੰ ਇੱਥੋਂ ਲੈ ਜਾਓ ਅਤੇ ਉਹਨੂੰ ਭਾਈ ਲੈ ਆ ਕੇ ਅਤੇ ਹੁਣ ਆਪਾਂ ਜਿਹੜਾ ਹੈਗਾ ਅੱਗੇ ਸਫ਼ਰ ਸ਼ੁਰੂ ਕਰਦੇ ਹਾਂ। ਉਸ ਤੋਂ ਅੱਗੇ ਚੱਲਾਂਗੇ ਮਹਿਮੇ। ਮਹਿਮੇ ਆਪਾਂ ਟੈਂਟ ਚੱਕਣਾ ਕਿਉਂਕਿ ਇਸ ਵਾਰ ਸੋਚਿਆ ਸੀਗਾ ਵੀ ਕੈਂਪਿੰਗ ਕਰਾਂਗੇ ਅਤੇ ਸੋਚਿਆ ਕੀ ਹੈ ਵੀ ਕਰਾਂਗੇ ਜੀ ਕੈਂਪਿੰਗ ਕਰਾਂਗੇ ਅਤੇ ਪਹਾੜਾਂ ਦਾ ਜਿਹੜਾ ਹੈਗਾ ਵੀ ਝਾਕਾ ਵਾਕਾ ਉਹ ਕੈਂਪਿੰਗ ਦੇ ਨਾਲ ਕਰਾਂਗੇ। ਸੋ ਖਰਚਾ ਜਿਹੜਾ ਹੈਗਾ ਉਹ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਬਾ ਬਾਬਾ ਮਿੱਟੀ ਦਾ ਬਾਬਾ ਮਿੱਟੀ ਹੈ ਮਿੱਟੀ ਦਾ ਬਾਬਾ ਐਂ ਕਿਉਂ ਕਰਦਾ ਹੁੰਦਾ ਤੂੰ ਯਾਰ? ਹੁਣ ਤੂੰ ਬੈਂਕ ਜਾਣਾ ਹਜੇ? ਹਾਂ ਆ ਜਾਓ ਬਾਬਾ ਜਿਹਦੀ ਮੈਂ ਗੱਲ ਕਰਦਾ ਆਉਂਦਾ ਸੀਗਾ ਜੀ ਸਮਾਨ ਅਸੀਂ ਹੋਰ ਵਧਾ ਲਿਆ ਅਤੇ ਕਰਦੇ ਕਰਾਉਦੇ ਬਾਬਾ ਜੀ ਦਾ ਸਲੀਪਿੰਗ ਬੈਗ ਅਤੇ ਮੈਟ ਅਤੇ ਕਿੱਟ ਅਤੇ ਹਜੇ ਟੈਂਟ ਅਤੇ ਸਲੀਪਿੰਗ ਬੈਗ ਰਹਿੰਦਾ। ਫਿਰ ਜਿਹੜਾ ਹੈਗਾ ਸਾਡਾ ਜਿਹੜਾ ਬੁਲਟ ਹੈ ਉਹ ਪੂਰਾ ਲੱਦਿਆ ਜਾਊਗਾ। ਐਨਕਾਂ ਲਾ ਲਈਆਂ ਚੋਬਰ ਨੇ ਅਤੇ ਬਾਬਾ ਜੀ ਦਾ ਬੈਠੂਗਾ ਕਿੱਥੇ? ਮੈਂ ਆਹ ਬੈਠਣ ਥੋੜ੍ਹੀ ਜਗ੍ਹਾ ਹੈਗੀ ਸਰ, ਬਸ ਚੜ੍ਹਦੀ ਫਿਰ ਮੈਂ ਬਸ ਨਹੀਂ ਚੜ੍ਹਦਾ, ਮੈਂ ਚਲਾਊਂਗਾ ਇਹਨੂੰ। ਚਲੋ ਜੀ ਗਿੱਲਾ ਹੋ ਗਿਆ ਹੋਣਾ ਯਾਰ ਵਿੱਚੋਂ। ਭਗਵੰਤ ਸਿੰਘ ਬਾਬਾ ਦੇ ਘਰੋਂ ਚੱਲ ਕੇ ਜਦੋਂ ਮੈਂ ਮੈਨੂੰ ਜਾਂਦੇ ਹਾਂ ਤਾਂ ਰਾਹ 'ਚ
ਬਦਲੀ ਨੇ ਸਾਨੂੰ ਘੇਰਿਆ, ਨਿੱਕੀ ਬਦਲੀ ਨੇ ਬਦਲ ਨੇ ਸਾਨੂੰ ਘੇਰਿਆ ਬਾਬਾ ਜੀ, ਇਹ ਕਿਹੜਾ ਬਦਲ ਹੈ, ਇਹ ਤਾਂ ਨਿੱਕੇ ਨਿੱਕੇ ਬਦਲੀਆਂ ਹੈ। ਸੋ ਆਸਰਾ ਲਿਆ ਇਸ ਕੋਠੇ ਦਾ, ਅੱਡੇ ਦਾ, ਕੋਠੇ ਲਾਲ ਸਿੰਘ ਵਾਲੇ, ਕੋਠੇ ਲਾਲ ਸਿੰਘ ਵਾਲੇ, ਕੋਠੇ ਲਾਲ ਸਿੰਘ ਵਾਲਿਆਂ ਦੇ ਅੱਡੇ 'ਤੇ ਖੜ੍ਹੇ ਹੈ, ਅਤੇ ਹਲਕੀ ਹਲਕੀ ਬੂੰਦਾਬਾਂਦੀ ਹੋਈ ਜਾਂਦੀ ਹੈ ਜਿਹੜੀ ਕੱਪੜੇ ਭਿਉਂਦੀ ਹੈ ਮਤਲਬ। ਸੋ ਇਸ ਕਰਕੇ ਬਾਬਾ ਕਹਿੰਦਾ ਵੀ ਬਾਈ ਸਿਆਣੇ ਬੰਦੇ ਦੀ ਗੱਲ ਸੁਣ ਅਤੇ ਤੂੰ ਰੋਕ ਇੱਥੇ, ਅਤੇ ਮੇਰੇ ਕਹਿਣ 'ਤੇ ਇੱਥੇ ਲਾਇਆ ਬਾਈ ਤੂੰ ਮੋਟਰਸਾਈਕਲ, ਫਿਰ ਜਗ੍ਹਾ ਹੈ ਨਹੀਂ ਸੀ ਪਹਿਲਾਂ ਬਾਈ, ਨਹੀਂ ਪਹਿਲਾਂ ਸਿਆਣੇ ਬੰਦੇ ਦੀ ਤੁਸੀਂ ਮੰਨਦੇ ਨਹੀਂ, ਪਹਿਲਾਂ ਹੀ ਕਹਿ ਤਾ ਸੀ ਮੈਂ ਤਾਂ ਭਰਾਵਾ ਅਸੀਂ ਰੱਖਣਾ। ਚਲੋ ਥੋੜ੍ਹਾ ਜਿਹਾ ਮੀਂਹ ਰੁਕਿਆ ਅਤੇ ਅਸੀਂ ਚੱਲ ਪਏ ਦੁਬਾਰਾ ਫਿਰ ਆਪਦੇ ਸਫ਼ਰ 'ਤੇ, ਅਤੇ ਸਫ਼ਰ ਵਾਹਵਾ ਹੈ ਅਤੇ ਸਮਾਂ ਵੀ 12:30 ਦਾ ਹੋ ਗਿਆ, ਹਜੇ ਬਾਵੇ ਦੇ ਕੰਮ ਕਾਰ ਵੀ ਹੈ, ਅਗਾਂਹ ਲੱਖੀ ਦੇ ਘਰੇ ਦੁੱਧ ਵੀ ਮੇਰਾ ਦੁੱਧ ਵੀ ਨਾ ਸੌਖਣਾ ਤੁਰੇ ਵੀ ਆਪਾਂ ਵਾਹਵਾ ਦੱਸਦੇ ਹੈ ਨਾ, ਉਹ 10 ਵਜੇ ਦਾ ਟਾਈਮ ਸੀਗਾ ਬਸ 2 ਘੰਟੇ ਹੀ ਸੁਨੇਹਾ ਤੁਰੇ ਹੈਗੇ, 12 ਵਜੇ ਤੁਰੇ ਹਾਂ, ਮੈਂ ਲੇਟ ਕਰਤਾ ਥੋੜ੍ਹਾ ਜਿਹਾ ਕਾਉਂਦੇ ਕਰਦੇ ਨੇ, ਹਾਂ ਕੰਮ ਜ਼ਰੂਰੀ ਹੁੰਦੇ ਤਹਸੀਲਦਾਰੀਆਂ ਸਾਂਭਣੀ ਹੁੰਦੀ ਬਾਈ, ਠੀਕ ਹੈ, ਛੜੇ ਛਾਟ ਬੰਦਿਆਂ ਨੂੰ ਪਤਾ ਨਹੀਂ ਤਹਸੀਲਦਾਰੀਆਂ, ਹਾਂ ਜਿਹੜਾ ਵਿਆਹ ਹੋਇਆ ਨਹੀਂ ਹੁੰਦਾ ਉਹਨੂੰ ਤਾਂ ਕੰਮ ਕਾਰ ਹੀ ਨਹੀਂ ਹੁੰਦਾ ਕੋਈ ਘਰੇ, ਉਹ ਤਾਂ ਬਸ ਬਸ ਰੋਟੀ ਵੀ ਖਾਣੀ ਹੁੰਦੀ, ਉਹ ਤਾਂ ਗੱਲੀਆਂ ਨਾ, ਅਤੇ ਹੋਰ ਕੀ ਕਰਨਾ ਹੁੰਦਾ ਉਹਨੂੰ, ਕਿਹੜਾ ਘਰੇ ਕੋਈ ਕੰਮ ਹੁੰਦਾ ਵੀ ਮਾਂ ਪਿਓ ਕਾਹਨੂੰ ਕੰਮ ਨੂੰ ਕਹਿੰਦੇ ਆਪਾਂ, ਹੁਣ ਆਪਾਂ ਬੈਸੀ ਜਾਵਾਂਗੇ ਲੋਕ ਕਹਿਣਗੇ ਇਹ ਬੈਸਣ ਆਏ ਆ ਕਿ ਘੁੰਮਣ ਆਏ ਆ, ਚੱਲਦੇ ਆਪਾਂ ਬੈਸਣ, ਉਹ ਅਬਲੂ ਤੋਂ ਮਹਿਮਾ ਆਏਗਾ 5 ਕਿਲੋਮੀਟਰ, 5 ਕਿਲੋਮੀਟਰ ਦੇ ਵਿੱਚ ਅਸੀਂ ਫੜ ਕੇ ਸੀਗੇ, ਆਪਾਂ ਕਾਹਨੂੰ ਚੱਲੇ ਹਾਂ, ਕਰਦੇ ਹਾਂ ਗੱਲਬਾਤ ਆ ਕੇ। ਜੈਤੋਂ ਦੇ ਰਾਹ 'ਤੇ ਮੀਂਹ ਫੇਰ ਲੈ ਪਿਆ ਅਤੇ ਮੋਟਰਸਾਈਕਲ ਲਾ ਲਿਆ ਸੀ ਇੱਥੇ, ਅਤੇ ਉੱਤੇ ਪਾਲੀ ਤਰਪਾਲ ਅਤੇ ਇੱਕ ਬਾਈ ਦੀ ਦੁਕਾਨ ਦਾ ਆਸਰਾ ਲੈ ਲਿਆ, ਬਾਈ ਦੀ ਦੁਕਾਨ ਸੀਗੀ ਅਤੇ ਬਾਈ ਨੇ ਹੱਥ ਮਾਰ ਲਿਆ ਵੀ ਇੱਧਰ ਆ ਜਾਓ ਅਤੇ ਇੱਥੇ ਖੜ੍ਹ ਗਏ ਹਾਂ, ਅਤੇ ਮੀਂਹ ਪੂਰਾ ਜ਼ੋਰ ਦਾ ਹੀ ਲੈ ਪਿਆ, ਇੱਕ ਇੱਧਰਲੇ ਪਾਸਿਓਂ ਆਇਆ, ਕਿਹੜੇ ਪਾਸੋਂ, ਪੂਰਬ ਵਾਲੇ ਪਾਸੋਂ ਆਇਆ ਨਾ, ਚੜ੍ਹਦੇ ਵਾਲੇ ਪਾਸਿਓਂ ਆਇਆ, ਐਨ ਮਾਰੋ ਮਾਰ ਕਰਦਾ ਹੀ ਆਇਆ। ਚਲੋ ਬਾਹਲੇ ਦਿਨਾਂ ਦੀ ਉਡੀਕ ਸੀਗੀ ਮੀਂਹ ਦੀ, ਚੰਗਾ ਹੋਇਆ, ਮਨੁੱਖ ਚਿੜੀ ਜਨੌਰ ਸਾਰੇ ਜਿਹੜੇ ਹੈਗੇ ਉਹ ਖੁਸ਼ ਹੋਣਗੇ, ਅਸੀਂ ਤਾਂ ਸਫ਼ਰ ਕਰੀ ਜਾਣਾ, ਸਾਡੇ ਕੋਲ ਤਾਂ ਟਾਈਮ ਵਾਧੂ ਹੀ ਹੈ। ਜੈਤੋਂ ਦੇ ਬਾਜ਼ਾਰ ਵਿੱਚ ਆਪਾਂ ਜਿਹੜਾ ਹੈਗਾ ਤਰਪਾਲ ਪਾ ਲਈ ਹੈ, ਮੀਂਹ ਕਾਫੀ ਸੀਗਾ ਅਤੇ ਆਪਾਂ ਨੂੰ ਬਾਈ ਟੈਂਟ ਦੇ ਗਿਆ ਅਤੇ ਨਾਲ ਸਲੀਪਿੰਗ ਬੈਗ, ਅਤੇ ਹੁਣ ਜਿਹੜਾ ਹੈਗਾ ਆਪਾਂ ਇਦੂਗਾਂ ਚੱਲਦੇ ਪਾਉਂਦੇ ਹਾਂ, ਸਮਾਂ 3:30 ਹੋ ਗਿਆ ਅਤੇ ਵਾਟ ਖਿੱਚਣੀ ਸੀ ਪਰ ਲੱਗਦਾ ਵੀ ਹੁਣ ਪਠਾਨਕੋਟ ਜਾ ਕੇ ਹੀ ਰੁਕਣਾ ਪਊਗਾ, ਵੇਖਦੇ ਹਾਂ ਕਿ ਉਦੋਂ ਤੱਕ ਵਾਟ ਨਿਕਲਦੀ ਹੈ। ਉਲਝ ਗਿਆ ਬੰਦਾ ਸਾਡਾ ਸੁਖਜੀਤ ਨਾਲ, ਉਲਝਿਆ ਪਿਆ ਸੋਨੀ ਨਾਲ, ਸੋਨੀ ਬਾਹਲਾ ਯਾਰ ਬਾਹਲਾ ਕੱਬਾ ਬੋਲਦਾ ਸੋਨੀ, ਸਹੀ ਹੈ ਇੱਧਰੋਂ ਜੇ ਹੈ ਮੜਾ ਜਾ, ਹਾਂ ਬੰਨ ਦੇ ਇੱਧਰੋਂ, ਬੰਨੇ ਤਾਂ ਹੈਗੇ ਹੀ ਆ, ਹਾਂ ਵਿੱਚ ਜੇ ਕਰ ਦੇਣਾ ਫਰੜ ਫਰੜ ਜੇ ਵੱਜੀ ਉਹਨੀ। ਆਪਾਂ ਖੜੇ ਹਾਂ ਕੋਟਪੁਰੇ ਦੇ ਨੇੜੇ, ਅਤੇ ਕੋਟਪੁਰੇ ਦੇ ਨੇੜੇ ਜਿਹੜਾ ਆਪਣਾ ਆਹ ਤਰਪਾਲ ਜੀ ਸੀਗੀ ਅਤੇ ਫੜਫੜ ਜੀ ਵਾਲੀ ਵੱਜਦੀ ਸੀ, ਇਹਨੂੰ ਮੈਂ ਕੱਲ੍ਹ ਸੈੱਟ ਕਰ ਲਿਆ, ਉਹ ਹੁਣ ਧੁੱਪ ਨਿਕਲੀ ਆ ਜਿਹਦੀ ਵੀ ਲੋੜ ਸੀ, ਪਰ ਫਿਰ ਵੀ ਜ਼ਰੂਰੀ ਹੁੰਦਾ ਇਹ ਸਮਾਨ, ਇਹ ਗਾਹਣਾ ਭਿੱਜ ਜੀਏ ਇਸ ਕਰਕੇ ਇਹਦੀ ਲੋੜ ਸੀ, ਹੁਣ ਇੱਥੋਂ ਤਾਂ ਚੱਲਦੇ ਹਾਂ, ਕੋਸ਼ਿਸ਼ ਕਰਾਂਗੇ ਪਠਾਨਕੋਟ ਤੱਕ ਪਹੁੰਚਿਆ ਜਾਵੇ, ਅਤੇ ਜੇ ਪਠਾਨਕੋਟ ਨਾ ਪਹੁੰਚਿਆ ਗਿਆ ਤਾਂ ਫਿਰ ਦਰਬਾਰ ਸਾਹਿਬ ਤਾਂ ਹੈਗੀ ਆ ਉੱਥੇ ਰਹਿਣਾ। ਆਪਾਂ ਖੜ੍ਹੇ ਹਾਂ ਸਤਲੁਜ ਅਤੇ ਬਿਆਸ ਦੇ ਮਿਲਾਪ 'ਤੇ, ਯਾਨੀ ਕਿ ਹਰੀ ਕੇ ਪੱਤਣ, ਸੋ ਜਿੱਥੇ ਆ ਕੇ ਸਤਲੁਜ ਅਤੇ ਬਿਆਸ ਇਕੱਠੇ ਹੋ ਜਾਂਦੇ ਆ, ਸੋ ਇੱਧਰੋਂ ਆਉਂਦਾ ਹੈਗਾ ਬਿਆਸ, ਇੱਧਰੋਂ ਆਉਂਦਾ ਹੈਗਾ ਸਤਲੁਜ, ਅਤੇ ਇੱਥੇ ਆ ਕੇ ਇਹ ਇਕੱਠੇ ਹੋ ਜਾਂਦੇ ਆ, ਦੋਨਾਂ ਦੇ ਵਿਚਾਲ ਦੀ ਧਰਤੀ ਪਰਲੇ ਪਾਸੇ ਰਹਿ ਗਿਆ ਦੁਆਬਾ, ਅਤੇ ਇੱਧੋਂ ਅੱਗੇ ਆਪਾਂ ਚਲੇ ਜਾਵਾਂਗੇ ਮਾਝੇ ਵੱਲ, ਅਤੇ ਇਹ ਸਤਲੁਜ ਇੱਥੋਂ ਇਕੱਠਾ ਹੁੰਦਾ ਹੋਇਆ ਪੱਛਮ ਵਾਲੇ ਪਾਸੇ
ਪਾਕਿਸਤਾਨ ਨੂੰ ਨਿਕਲ ਜਾਂਦਾ। ਠੀਕ ਹੈ ਜੀ। ਤਾਂ ਇੱਥੋਂ ਦਰਬਾਰ ਸਾਹਿਬ ਜਾਂ ਅੰਮ੍ਰਿਤਸਰ ਦੀ ਦੂਰੀ ਜਿਹੜੀ ਹੈਗੀ ਹੈ ਉਹ ਲਗਭਗ 50-60 ਕਿਲੋਮੀਟਰ ਹੈ। ਸੋ ਪੁਰਾਣਾ ਇਲਾਕਾ ਇਹ, ਉਹ ਪੁਰਾਣੀ ਸੜਕ ਹੈ, ਉਹਦੇ ਪਰਲੇ ਪਾਸੇ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਦੋਂ ਪਿੱਛੇ ਪਾਣੀ ਦਾ ਪੱਧਰ ਵੱਧ ਜਾਂਦਾ ਤਾਂ ਜਿਹੜੇ ਉਹ ਗੇਟ ਹੈ ਉਹ ਖੋਲ੍ਹ ਦਿੱਤੇ ਜਾਂਦੇ ਹੈ, ਪਾਕਿਸਤਾਨ ਵੱਲ ਪਾਣੀ ਛੱਡ ਦਿੱਤਾ ਜਾਂਦਾ। ਇਹਦੇ ਨਾਲ ਹੀ ਸਿਆਲ ਰੁੱਤ ਦੇ ਵਿੱਚ ਪ੍ਰਵਾਸੀ ਪੰਛੀਆਂ ਦੀ ਰੱਖ ਬਣੀ ਹੋਈ ਹੈ, ਹਰੀਕੇ ਪੱਤਨ ਵਾਈਲਡ ਲਾਈਫ ਸੈਂਚਰੀ। ਸੋ ਆਹ ਜਿਹੜੀ ਸਾਹਮਣੇ ਤੁਸੀਂ ਸਾਰੀ ਦੇਖਦੇ ਹੋ ਹਰਿਆਲੀ ਵਾਲੀ, ਇਹ ਸਾਰੀ ਵਾਈਲਡ ਲਾਈਫ ਸੈਂਚਰੀ ਹੈ। ਦਸੰਬਰ ਜਨਵਰੀ ਦੇ ਮਹੀਨੇ ਵਿੱਚ ਠੰਡੇ ਇਲਾਕਿਆਂ 'ਚ ਜਿਹੜੇ ਪੰਛੀ ਉਹ ਇੱਥੇ ਆ ਕੇ ਰਹਿੰਦੇ ਆ। ਸੋ ਮੀਂਹ ਨਹੀਂ ਮਿਲਿਆ, ਉਦੋਂ ਬਾਅਦ ਸਫ਼ਰ ਵਾਹਵਾ ਨਿਬੇੜ ਲਿਆ ਆਪਾਂ, ਅਤੇ ਇਦੋਂ ਅੱਗੇ ਚੱਲਦੇ ਹਾਂ ਹੁਣ ਆਪਾਂ। ਹੋ ਸਕਦਾ ਅੱਜ ਆਪਾਂ ਪਠਾਨਕੋਟ ਹੀ ਪਹੁੰਚ ਗਏ, ਜੁੜੇ ਰਹੋ ਸਫ਼ਰ ਨਾਲ। ਮਾਝੇ ਦਾ ਸਾਰਾ ਇਲਾਕਾ ਹੀ ਘੁੰਮਣ ਵਾਲਾ। ਜਦੋਂ ਮਾਝੇ ਦੀ ਗੱਲ ਕਰੀਏ ਤਾਂ ਮਾਝੇ ਵਿੱਚ ਸਿੱਖੀ ਦਾ ਪ੍ਰਭਾਵ ਜ਼ਿਆਦਾ ਰਿਹਾ। ਪਿਛਲੇ ਦਿਨੀ ਆਪਾਂ ਮਾਲਵੇ ਦੇ ਕੁਝ ਇਲਾਕੇ ਗਾਹੇ ਸੀਗੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ, ਤਾਂ ਉੱਧਰ ਸਿੱਖੀ ਦਾ ਪ੍ਰਭਾਵ ਉਨਾ ਨਹੀਂ, ਇੱਥੇ ਸਿੱਖੀ ਦਾ ਪ੍ਰਭਾਵ ਜ਼ਿਆਦਾ ਰਿਹਾ। ਸੋ ਇਦੋਂ ਅੱਗੇ ਜੇ ਆਪਾਂ ਗੱਲ ਕਰੀਏ ਬਾਬਾ ਬੁੱਢਾ ਸਾਹਿਬ ਦਾ ਜਨਮ ਸਥਾਨ ਕੱਥੂ ਨੰਗਲ, ਫਿਰ ਉਸ ਤੋਂ ਬਾਅਦ ਪਹਿਲੇ ਪਾਤਸ਼ਾਹ ਦੇ ਜਨਮ ਜਿਹੜੇ ਅਖੀਰਲੇ ਦਿਨ ਜਿਹੜੇ ਉਹਨਾਂ ਨੇ ਬਿਤਾਏ ਸੀ, ਕਰਤਾਰਪੁਰ ਸਾਹਿਬ ਨੂੰ ਮੁੜਦਾ ਬਟਾਲੇ ਤੋਂ, ਅਤੇ ਡੇਰਾ ਬਾਬਾ ਨਾਨਕ, ਉਸ ਤੋਂ ਅੱਗੇ ਜਾ ਕੇ ਜਿਹੜਾ ਹੈਗਾ ਪਠਾਨਕੋਟ। ਪਠਾਨਕੋਟ ਵੀ ਗੁਰਦੁਆਰਾ ਬਾਠ ਸਾਹਿਬ ਹੈ, ਇੱਕ ਗੁਰਦੁਆਰਾ ਬਾਠ ਸਾਹਿਬ ਜਿਹੜਾ ਕਿ ਪੰਜਵੇਂ ਪਾਤਸ਼ਾਹ ਦੇ ਸ੍ਰੀ ਚੰਦ ਜੀ ਨਾਲ ਸੰਬੰਧਿਤ ਹੈ। ਵਾਗੇ ਦੇ ਬਾਰਡਰ 'ਤੇ ਰਾਹ ਪੁੱਛਦੀ ਲਾਹੌਰਾਂ ਦੀ। ਸੋ ਜਿਹੜੇ ਸਾਹਮਣੇ ਸੜਕ ਜਾਂਦੀ ਹੈ ਸੱਜੇ ਹੱਥ, ਇਹ ਚਲੀ ਜਾਂਦੀ ਹੈ ਜੀ ਵਾਘਾ ਬਾਰਡਰ, ਵਾਘੇ ਬਾਰਡਰ ਤੋਂ ਅੱਗੇ ਚਲੀ ਜਾਂਦੀ ਹੈ ਇਹ ਲਾਹੌਰ। ਲਾਹੌਰ ਇੱਥੋਂ ਲਗਭਗ 30 ਕਿਲੋਮੀਟਰ ਹੈ। ਸੋ ਜੇ ਕਿਤੇ ਲਕੀਰ ਨਾ ਹੁੰਦੀ, ਵੰਡ ਨਾ ਹੁੰਦੀ, ਤਾਂ ਮੈਂ ਤਾਂ ਬਾਬਾ ਵੀ ਲਾਹੌਰ ਦਾ ਗੇੜਾ ਕੱਢਿਆ ਹੁੰਦੀ। ਅਤੇ ਇੱਥੋਂ ਘੁੰਮ ਕੇ ਖੱਬੇ ਪਾਸਿਓਂ ਇਹ ਜਿਹੜੀ ਸੜਕ ਹੈਗੀ ਹੈ, ਇੱਧਰੋਂ ਥੋੜ੍ਹਾ ਭਲਾ ਕਰੇ ਆਹ ਪੁਲ ਤੋਂ ਚੜ੍ਹ ਜਾਂਦੀ ਹੈ ਜੀ ਜੰਮੂ, ਜੰਮੂ ਅਤੇ ਸ਼੍ਰੀਨਗਰ। ਸੋ ਹੁਣ ਅਸੀਂ ਦਿੱਲੀ ਤੋਂ ਜਿਹੜੇ ਮਾਰਗ ਹੈ, ਦਿੱਲੀ ਮਾਰਗ ਤੋਂ ਦੂਜੇ ਪਾਸੇ ਆਪਣੇ ਲਾਹੌਰ ਅਤੇ ਜੰਮੂ ਵਾਲੇ ਪਾਸੇ ਨੂੰ ਆ ਗਏ ਹੈਗੇ। ਸੋ ਇਸ ਤੋਂ ਅੱਗੇ ਪਠਾਨਕੋਟ ਦਾ ਸਾਡਾ ਰਸਤਾ ਹੈਗਾ ਉਹ 1.5 ਘੰਟੇ ਦਾ ਰਹਿ ਗਿਆ ਹੈਗਾ, ਦੇਖਦੇ ਹਾਂ। ਮੌਸਮ ਸਾਫ਼ ਹੈ ਅਤੇ ਗਾਂਹ ਕੀ ਮਾਹੌਲ ਬਣਦਾ। ਗਾਂਹ ਇੱਕ ਮਿੱਤਰ ਪਿਆਰਾ ਯੁੱਧਵੀਰ ਹੈ, ਉਹਨੂੰ ਮਿਲਣਾ, ਉਹਨੇ ਕਿਹਾ ਵੀ ਮੇਰੇ ਕੋਲ ਰਹਿਣਾ। ਸੋ ਉਸਦੇ ਘਰੇ ਚੱਲਾਂਗੇ ਅੱਜ ਆਪਾਂ ਮਾਧੋਪੁਰ। ਪਿੰਡ ਦਾ ਨਾਮ ਆ ਰਾਣੀਪੁਰ। ਜੈਨੀ ਹਲਕੀ ਆਪਾਂ ਬੈਠੇ ਜੈਨੀ ਹਲਕੀ, ਅਤੇ ਨਾਲ ਮੇਰੇ ਬਾਈ ਬੈਠੇ ਯੁੱਧਵੀਰ। ਜਦੋਂ ਲੋਕਡਾਊਨ ਸੀ ਤਾਂ ਲੋਕਡਾਊਨ ਦੇ ਵਿੱਚ ਪੰਜਾਬ ਦਾ ਟੂਰ ਕੀਤਾ ਸੀਗਾ ਆਪਾਂ ਸਾਈਕਲ 'ਤੇ, ਤਾਂ ਉਦੋਂ ਘੁੱਦੇ ਦੇ ਰਾਹੀਂ ਬਾਈ ਅੱਗੇ ਕੋਲ ਮਿਲੇ ਸੀ, ਮਾਨ ਸਿੰਘ ਸੀਗਾ ਅਤੇ ਇਹਨਾਂ ਦੇ ਬਾਈਆਂ ਦਾ ਭਰਾ, ਉਹ ਚਲਿਆ ਗਿਆ ਕੈਨੇਡਾ, ਉਹ ਲੈ ਕੇ ਆਇਆ ਸੀਗਾ। ਉਦੋਂ ਸਾਈਕਲਾਂ 'ਤੇ ਆਏ ਸੀ ਅਤੇ ਬਾਈ ਅੱਗੇ ਉਦੋਂ ਵੀ ਇੰਨਾ ਹੀ ਮੋਹ ਪਿਆਰ ਦਿਖਾਇਆ ਸੀ ਅਤੇ ਅੱਜ ਵੀ ਲੇਟ ਹੋ ਗਏ ਆਉਂਦੇ ਕਰਦੇ, 8:30 ਵੱਜ ਗਏ। ਬਾਈ ਸੁਖਦੇਵ ਇਹਨਾਂ ਦੇ ਛੋਟੇ ਭਰਾ, ਅਤੇ ਇੱਥੇ ਬੈਠੇ ਹਾਂ। ਅਤੇ ਇੱਥੋਂ ਲਗਭਗ ਜਿਹੜਾ ਜੰਮੂ ਦਾ ਬਾਰਡਰ ਮੇਲਾ ਦਿੱਤਾ ਜਾਂਦਾ ਭਾਅ ਜੀ,
ਲਖਨਪੁਰ ਬਾਰਡਰ ਤੋਂ 5-6 ਕਿਲੋਮੀਟਰ ਰਹਿ ਜਾਂਦਾ। ਅੱਜ ਬਾਈਆਂ ਕੋਲ ਰਵਾਂਗੇ ਤੇ ਸੋ ਇਹਨਾਂ ਨੂੰ ਮੋਹ ਪਿਆਰ ਕਰਕੇ ਆਏ ਵਾਰੀ ਬਾਈ ਲੰਬਾ ਦੇ ਦਿੰਦਾ ਸੀਗਾ ਭਾਈ ਤੁਸੀਂ ਇੱਥੇ ਟੱਪ ਜਾਂਦੇ ਕਿੰਨੀ ਵਾਰ ਲੰਘੇ ਬਾਈ ਹਾਂ ਜਦੋਂ ਵੀ ਫੋਨ ਕਰਿਆ ਕਰੇ ਬਾਈ ਭਾਜੀ ਲੰਘ ਗਏ ਮੈਂ ਅੱਜ ਮੈਂ ਪਹਿਲੇ ਫੋਨ ਕਰਤਾ ਮੈਂ ਬਈ ਆਉਣਾ ਹੈ ਅਤੇ ਰੁਕਣ ਦਾ ਰਾਤਾ ਬਾਦਸ਼ਾਹ ਸੀਗਾ ਪਰ ਬਾਈ ਜੁੱਧਵੀਰ ਕਹਿੰਦਾ ਵੀ ਨਹੀਂ ਮੇਰੇ ਕੋਲ ਰੁਕਣਾ ਸੋ ਗੱਲਾਂ ਉੱਤਾਂ ਕਰਾਂਗੇ ਬਾਈ ਨਾਲ ਇੱਥੇ ਬੈਠਾਂਗੇ ਠੀਕ ਹੈ ਅੱਜ ਰਾਤ ਰਵਾਂਗੇ ਅਤੇ ਸੁਬਹਾ ਇੱਥੋਂ ਚੱਲ ਜਾਵਾਂਗੇ। ਇੱਕ ਗੱਲ ਸਾਂਝੀ ਕਰਨੀ ਸੀ ਆਪਾਂ ਤੁਹਾਡੇ ਨਾਲ ਵੀ ਮਾਝੇ 'ਚ ਬੈਠੇ ਹਾਂ ਆਪਾਂ ਅਤੇ ਮਾਝੇ ਦੇ ਇਲਾਕੇ ਵਿੱਚ ਪਿੱਛੇ ਧਾਰੀਵਾਲ ਆਇਆ ਸੀਗਾ। ਧਾਰੀਵਾਲ ਜਿਹੜਾ ਕਿ ਤੁਹਾਨੂੰ ਪਤਾ ਵੀ ਗਰਮ ਕੱਪੜੇ ਦੇ ਜਿਹੜੇ ਲੋਈਆ ਵਗੈਰਾ ਲਈ ਮਸ਼ਹੂਰ ਹੈ। ਉਸ ਤੋਂ ਪਿੱਛੇ ਬਟਾਲਾ ਆਇਆ ਸੀ, ਬਟਾਲਾ ਪਹਿਲੇ ਪਾਤਸ਼ਾਹ ਦਾ ਮਾਤਾ ਸੁਲੱਖਣੀ ਜੀ ਦੇ ਪੇਕੇ ਮਹਿਲ ਪਹਿਲੇ ਪਾਤਸ਼ਾਹ ਦੇ, ਅਤੇ ਉੱਥੇ ਉਹ ਗੁਰਦੁਆਰਾ ਸਾਹਿਬ ਕੰਧ ਸਾਹਿਬ। ਉਦੋਂ ਪਿੱਛੇ ਕੱਥੂ ਨੰਗਲ ਆਇਆ ਸੀ, ਬਾਬਾ ਬੁੱਢਾ ਜੀ ਦਾ ਜਨਮ ਸਥਾਨ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਬੇਰ ਬੁੱਢਾ ਸਾਹਿਬ ਜਿੱਥੇ ਬੈਠ ਕੇ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕਰਵਾਇਆ ਸੀਗਾ। ਸੋ ਇਸ ਮਾਝੇ ਦੇ ਵਿੱਚ ਤੁਸੀਂ ਜਿੱਥੇ ਵੀ ਚਲੇ ਜਾਓਗੇ ਤੁਹਾਨੂੰ ਕਾਫੀ ਥਾਵਾਂ ਦੇਖਣ ਵਾਲੀ ਮਿਲ ਜਾਣਗੀਆਂ। ਬਾਈਆਂ ਕੋਲ ਪ੍ਰਸ਼ਾਦਾ ਪਾਣੀ ਛਕ ਲਿਆ, ਬਹੁਤ ਚੰਗਾ ਲੱਗਦਾ ਇੱਥੇ ਆ ਕੇ। ਇੱਕ ਇਤਿਹਾਸਿਕ ਸਥਾਨ ਬਾੜ ਸਾਹਿਬ ਆ ਜਿਹੜਾ ਹਰ ਵਾਰ ਰਹਿ ਜਾਂਦਾ ਅਤੇ ਪਿਛਲੇ ਵਾਰ ਵੀ ਰਹਿ ਗਿਆ ਸੀ ਤੁਸੀਂ, ਅਤੇ ਉਹ ਕੋਸ਼ਿਸ਼ ਕਰਾਂਗੇ ਵੀ ਜਦੋਂ ਕਿਤੇ ਹੁਣ ਆਏ ਇਹਨਾਂ ਕੋਲ ਸਭ ਬਣਿਆ ਇਹਨਾਂ ਦੇ ਵਿਦੇਸ਼ ਜਾਣ ਤੋਂ ਪਹਿਲਾਂ ਫਿਰ ਉਹ ਕਰਕੇ ਜਾਵਾਂਗੇ। ਸੋ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਕਿਵੇਂ ਲੱਗੀ, ਕਿਵੇਂ ਕਰਨਾ ਚਾਹੀਦਾ ਇਹ ਦੇਖਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਸਵੇਰੇ, ਸਤਿ ਸ਼੍ਰੀ ਅਕਾਲ।